आईपीएल की कमेटी नू मेरी हाथ बन के बेनती है भी भाई जो थोड़ा पंजाब च मैच होंदा ना मोहाली च ता तुसी आपदे मैचां दीआं टिकटां थोड़ा जिहा बैकग्राउंड बंदे दा देख के दिया करो भी ये क्रिकेट दा फैन फून हैगा भी है कि नहीं। क्यों थोनू मैं दो तीन लक्षण का दस दिना जिहड़े तां ऐ जे करदे आउंदे हुंदे बुशकर जे मारदे ओह तां भाई जी अद्धे तों वध उहनां ने तां लाहण डक्किआ हुंदा खरी करन आउंदे ने भी चल रौनक मेला ही देख आवांगे। ऐदू मगरों गड्डियां दे नंबर देख लिया करो जिहड़ियां साडियां इधर बठिंडा बरनाला संगरूर बैल्ट है इन्हां चों तां भाई जी अद्धे तों वध साडा जटवैड़ां दा क्रिकेट नाल कोई दूर दराडे दा वास्ता नहीं असीं तां बारी लै के भज्जण वालिआं चों सी। सो सानू क्रिकेट क्रुकट बारे की पता एवें मुड़ के तुसीं आपदे फैनां नूं भी उत्थे खज्जल करदे हो हुण ना इन्हां नूं अद्धी रात नूं कोई बॉल बूल दिखे भी इह जौर कर पएगी इह फुल टॉस है इन्हां नूं तां कल्लियां बाउंसरां दीदियां ने जिहड़ियां हैलमट तों तहां जांदियां भी बॉल पएगी ओवर होए लई पता लगदा पेप्सी वालीआं बोतलां च पाई फिरदे हुंदे ने भी अंदर भी पेग मार लिया ओवर हो गया। जे तुसीं सानूं आई खुशी खुशी पैसे दे चक्कर च टिकटां वंडी गए फिर थोनू आईपीएल दे कुछ रूल बदलने पैने ने क्योंकि साडे दा क्रिकेट दा पिंडां च इह रूल है भी जिहड़े पिंड टूरनामेंट है उह पिंड दी टीम जां तां बाई च होऊगी जे बाई च नहीं तां ए तों लै के जी तक उह पिंड दी टीमां हुंदियां ने इक उही बंदे खेडदे ने इक नाम तां पिंड रखणा ही रखणा इह तां क्लीयर है। सो तुसीं मैनूं पता लग्गिआ पिछे जे साडे वाले इत्थी हरा के भेजते मोहाली भी मैनूं इह नहीं समझ लई तुसीं मुड़ किवें गए साडा तां इह रवाज हुंदा बाई जी जे साडे नाल कोई 19-21 रौंडी रांडी हो गई असीं मैच हार गए ਸਾਡੀ ਤਾਂ ਦੂਜੀ ਟੀਮ ਹਾਰੀ ਵੀ ਦੂਏ ਦਿਨ ਪਿੱਚ ਵਾ ਦਿੰਦੀ ਆ ਰਾਤ ਨੂੰ। ਸੋ ਫਿਰ ਇਹ ਲੱਛਣ ਹੋਣ ਲੱਗ ਜਾਣਗੇ ਤੇ ਹੁਣ ਗੱਲ ਕੀ ਹੋਈ ਲੈਵਲ ਦੇਖ ਲਿਆ ਕਰੋ ਥੋੜਾ ਜਿਹਾ ਕ੍ਰਿਕਟ ਵਾਲਾ। ਹੁਣ ਸਾਡੇ ਵਾਲਾ ਗਗਨ ਸਿੱਧਾ ਤੂੜੀ ਵਾਲੀ ਤੋਂ ਉਤਰਿਆ ਆਈਪੀਐਲ ਦੀਆਂ ਟਿਕਟਾਂ ਬੁੱਕ ਕਰਾ ਕੇ ਮੈਨੂੰ ਮੈਚ ਦੇਖਣ ਲੈ ਗਿਆ। ਹੁਣ ਯਾਰ ਉੱਥੇ ਲੋਕ ਜੇ ਕ੍ਰੇਜ਼ੀ ਫੈਨਸ ਕਰੀ ਜਾਣ ਬ੍ਰੇਵੋ ਬ੍ਰੇਵੋ ਯੇ ਲੈਗ ਲੈਗ ਸਪਿਨ ਆਫ ਸਪਿਨ ਉਹ ਇਹੋ ਜਿਹੇ ਨਾਂ ਨੂੰ ਜਾਣਦੇ ਲੋਕ ਉੱਥੇ ਸੌਫਟ ਜੀ ਹੂਟਿੰਗ ਕਰਨ ਇਹ ਡੱਕਿਆ ਵਾ ਲਾਹਣ ਦਾ ਕਰੀ ਜਾਵੇ ਉਹ ਟੰਗ ਦੇ ਆਊਟ ਸ਼ਾਟ ਕਰ ਦੇ ਉਹ ਭੱਜ ਫਿਰ ਇੱਕ ਛਿੱਕਾ ਜਿਹਾ ਵੱਜਿਆ ਭਾਂ ਇਹਨਾਂ ਨੇ ਚੱਕ ਕੇ ਗੇਂਦ ਦੀ ਜੇਬ ਚ ਪਾ ਲਈ ਉਹ ਬਥੇਰਾ ਆਏ ਹੋਏ ਜੇ ਕਰਨ ਝੱਕ ਹੀ ਨਾ ਉਹਨਾਂ ਕਹਿੰਦੇ ਉਹ ਮਸਾਂ ਕਢਾ ਕੇ ਸਿੱਟੀ ਮੈਂ ਐਦੂ ਮਗਰੋਂ ਜਮਾਂ ਜੱਗੋ 13ਵੀਂ ਦਾ ਉਦੋਂ ਹੋ ਗਈ ਜਦੋਂ ਲਾਹਣ ਦਾ ਇਹਨੂੰ ਥੋੜਾ ਨਸ਼ਾ ਹੋਰ ਹੋ ਗਿਆ ਮੈਨੂੰ ਕਹਿੰਦਾ ਪ੍ਰਧਾਨ ਮੇਰੇ ਵੱਲੋਂ 1100 ਰੁਪਇਆ ਬੁਲਾ ਕੇ ਆਸ਼ੇ ਸਿੱਕਿਆਂ ਤੇ ਮੈਂ ਕਿਹਾ ਵੀਰੇ ਗਗਨੇ ਇਹ ਨਾ ਆਈਪੀਐਲ ਚੱਲਦਾ ਚੀਮੇ ਜੋਧਪੁਰ ਵਾਲਾ ਕੱਪ ਨਹੀਂ ਹੈਗਾ ਵੀ ਤੂੰ ਮਾੜਾ ਘੱਟ ਡੱਫ ਲਿਆ ਕਰ ਯਾਰ ਬਾਈ ਬਣ ਕੇ ਸੁਰਤ ਸਿਰਤਾ ਹੋ ਜਾਏ ਉਹਨਾਂ ਦੇ ਕਰੋੜਾਂ ਕਰੋੜਾਂ ਰੁਪਇਆ ਮੁੱਲ ਲੱਗਿਆ ਹੁਣ ਤੇਰੇ 6 ਸਿੱਕਿਆਂ ਪਿੱਛੇ ਉਹ ਕੂਣੀਆਂ ਕਢਾ ਲੈਣ 1100 ਪਿੱਛੇ ਯਾਰ। ਚਲੋ ਥੋੜਾ ਜਿਹਾ ਨਜ਼ਾਰਾ ਆਉਣ ਲੱਗਿਆ ਮੈਚ ਦੇਖਣ ਦਾ ਪੰਜਾਬ ਵਾਲੇ ਜਦੋਂ ਕੁੱਟਣ ਜੇ ਲੱਗ ਗਏ ਇਹਨੇ ਭੈਣ ਨੇ ਪਊ ਪਊਆ ਪਰੇਡ ਹੋਰ ਕਰਤੀ ਪੈਪਸੀ ਦੀਆਂ 4 ਘੁੱਟਾਂ ਹੋਰ ਮਾਰੀਆਂ ਜਦੋਂ ਅੰਦਰ ਜਦੋਂ ਪੰਜਾਬ ਵਾਲੇ ਕੁੱਟਣ ਜੇ ਲੱਗ ਗਏ ਮੈਨੂੰ ਕਹਿੰਦਾ ਮੈਂ ਲਾਰਮ ਜਾ ਵਜਾ ਕੇ ਆਉਣਾ ਜਿਹੜਾ ਆਈਪੀਐਲ ਵਾਲਾ ਕਹਿੰਦਾ ਦੱਸ ਇਹਨਾਂ ਦਾ ਟਰੱਕ ਜਾ ਕਿੱਥੇ ਖੜਾ ਲੈ ਕੇ ਚੱਲ ਮੈਨੂੰ ਤਾਂ ਲੱਗ ਗਿਆ ਸੀ ਪਤਾ ਮੈਂ ਕਿਹਾ ਵੀ ਮੈਂ ਤੇਰਾ ਵੱਢ ਪਵਾਊ ਹੁਣੇ ਤਾਂ ਮੈਂ ਕਿਹਾ ਵੀਰੇ ਵੀ ਉਹ ਆਪਣੇ ਤੋਂ ਮੈਂ ਕਿਹਾ ਗਗਨੇ ਵੀ ਉੱਥੇ ਨਹੀਂ ਵੀਰੇ ਆਪਾਂ ਨੂੰ ਜਾਣ ਦੇਣਾ ਉੱਥੇ ਤਾਂ ਸੱਚਣ ਸੁੱਚਣ ਕੇ ਘਰ ਦੇ ਬਹਿੰਦੇ ਹੋਣਗੇ ਮੈਨੂੰ ਲੱਗਦਾ ਮੈਨੂੰ ਕਹਿੰਦਾ ਮੀਤ ਤੋਂ ਕਹਾ ਦੇ ਕਹਿੰਦਾ ਆਪਾਂ ਵੋਟਾਂ ਪਾਈਆਂ ਠੋਕ ਕੇ ਮੈਂ ਕਿਹਾ ਯਾਰ ਬਾਈ ਵੋਟਾਂ ਤਾਂ ਤੁਸੀਂ ਸੀਵਰੇਜ ਕਰਕੇ ਪਾਈਆਂ ਹੋਣਗੀਆਂ ਕਿ ਦਰਾਵੜ ਹੋਰਾਂ ਨਾਲ ਰੋਟੀ ਖਾਣ ਦੀਆਂ ਪਾਈਆਂ ਸੀ। ਸੋ ਚਲੋ ਇਹ ਵੀ ਮੈਂ ਕਿਤੇ ਨਾ ਕਿਤੇ ਝੱਲ ਗਿਆ ਵੀ ਕੋਈ ਚੱਕ ਮਸਾਂ ਰੱਬ ਰੱਬ ਕਰਦੇ ਨੇ ਮੈਂ ਤਾਂ ਮੈਚ ਮੁਕਾਇਆ ਜਦੋਂ ਮੈਚ ਮੁੱਕੇ ਆਉਣ ਲੱਗੇ ਭਾਵੇਂ ਨਾ ਕਲਕੱਤਾ ਨਾਈਟ ਰਾਈਡਰ ਵਾਲੇ ਫੈਨਾਂ ਜਾਂ ਤੋਂ ਉਹ ਚੌਕੇ ਛਿੱਕਿਆਂ ਵਾਲੇ 5-4 ਬੋਰਡ ਹੀ ਖੋਲਿਆ ਉਹ ਮੈਂ ਕਿਹਾ ਇਹ ਕੀ ਕਰਨੇ ਸੀ ਕਹਿੰਦਾ ਹੁਣ ਮੂਹਰੇ ਹਨੇਰੀਆਂ ਚੱਲਣਗੀਆਂ ਬੁੜੀਆਂ ਚੁੱਲ੍ਹੇ ਢੱਕ ਲਿਆ ਕਰਨਗੀਆਂ ਯਾਰ ਮੈਂ ਕਿਹਾ ਵੀਰੇ ਕਿਸੇ ਕੋਲੇ ਹੋਰ ਨਾ ਗੱਲ ਕਰਦੀ ਹੋਰ ਧੋਨੀ ਸਪਰੇਅ ਨਾ ਪੀ ਜੇ ਸੁਣ ਕੇ ਫਿਰ ਤੁਹਾਨੂੰ ਪਤਾ ਵੀ ਆਪਣੇ ਜੱਟਾਂ ਦੇ ਮੁੰਡੇ ਘਰਾਂ ਨੂੰ ਤਾਂ ਜਟਵੈੜ ਆਪਾਂ ਸਿਆਣੇ ਹੁੰਦੇ ਹਾਂ ਕੇਰਾਂ ਦਾ ਚੱਕ ਕੇ ਹਰੇਕ ਚੀਜ਼ ਘਰੇ ਲਿਆਈ ਦੇ ਵੀ ਚੱਲ ਕੰਮ ਆਜੂਗੀ। ਸੋ ਮੈਂ ਹੁਣ ਇਹ ਆਈਪੀਐਲ ਵਾਲਿਆਂ ਨੂੰ ਕਹਿਣਾ ਵੀ ਤੁਸੀਂ ਕਿ ਉਦੋਂ ਹਟੋਗੇ ਜੇ ਤੁਹਾਡਾ ਥਲ ਡੰਪਾਇਰ ਜਾਂ ਸਾਡੇ ਵਾਲਿਆਂ ਦੇ ਧੱਕੇ ਚੜ ਗਏ ਇਹਨਾਂ ਨੇ ਚੱਕ ਕੇ ਪਿੰਡ ਠੋਕਣਾ ਵੀ ਜਦੋਂ ਬੀਬੀ ਭਾਪਾ ਲੜਦੇ ਨੇ ਇਹ ਨਵੇੜਾ ਕਰਾਇਆ ਕਰੂ ਕੌਣ ਸਹੀ ਆ ਕੌਣ ਗਲਤ ਐਵੇਂ ਨਾਨਕੇ ਆ ਕੇ 3 ਦਿਨ ਹਿਲਦੇ ਨਹੀਂ ਉਹ ਭੈਣ ਮੁੜ ਕੇ ਫਿਰ ਝਾਕੋਗੇ ਤਹਾਂ ਠਾਂ ਜਦੋਂ ਕੋਹਲੀ ਹੁਰਾਂ ਦੇ ਹੈਲਮਟ ਹੁਲਮਟ ਬੀਲੇ ਵੇਟ ਲਿਆਏ ਤਾਂ ਮੋਟਰ ਤੇ ਲਿਆ ਕੇ ਧਨੀਆਂ ਲਾ ਦੇਣਗੇ ਉਹ 'ਚ ਪੱਕੀ ਗੱਲ ਆ ਬਾਈ। ਤੇ ਦੂਜੀ ਗੱਲ ਆ ਆਪਣੇ ਅਰਸ਼ਦੀਪ ਵਰਗੇ ਖੇਡ ਖੂਡ ਕੇ ਬਰਾੜ ਵਰਗੇ ਮਹਾਂ ਘਰੇ ਵੀ ਜਾਵੜੇ ਹੋਣਗੇ ਦੁੱਧ ਦੁੱਧ ਪੀ ਕੇ ਪੈ ਵੀ ਗਏ ਹੋਣਗੇ ਮੈਂ ਇਹਦੇ ਲਈ ਠੇਕਿਆਂ ਦੇ ਸ਼ਟਰ ਭੰਨਦਾ ਫਿਰਾਂ ਮੈਨੂੰ ਕਹਿੰਦਾ ਮੈਂ ਤਾਂ ਕੱਚਾ ਰਹਿ ਗਿਆ ਮੈਨੂੰ ਪਿਆ ਹੋਰ। ਸੋ ਮੈਨੂੰ ਲੱਗਦਾ ਵੀ ਜੇ ਆਈਪੀਐਲ 5 ਦਿਨਾਂ ਦਾ ਹੋਵੇ ਇੰਨਾ ਮੁਲਕ ਦਾਰੂ ਡੱਫ ਲਵੇ ਇਹਨਾਂ ਦੇ ਲੀਵਰ ਜੇ ਉਰੀ ਮੈਨ ਆਫ ਦਾ ਮੈਚ 'ਚ ਹੀ ਦੇਣੇ ਪੈ ਜਾਣਗੇ।
ਇਸ ਕਰਕੇ ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਆ ਵੀ ਤੁਸੀਂ IPL ਨਾਲ ਮੀਟਿੰਗ ਕਰਕੇ ਮਾੜਾ ਜਾ ਨਾ ਵੀ ਕ੍ਰੇਜ਼ੀ ਫੈਨਸ ਨੂੰ ਵੀ ਜਿਹੜੀਆਂ ਟਿਕਟਾਂ ਇਕੱਲੀਆਂ ਮਿਲਣ। ਹੁਣ ਇਹਨੂੰ ਦੂਜੇ ਪਾਸੇ ਨਾਲ ਲੈ ਜਾਓ, ਜੱਟਾਂ ਦੇ ਮੁੰਡੇ ਇਹ ਜਿਹੇ ਨਹੀਂ। ਫਿਰ ਜੱਟਾਂ ਦੇ ਮੁੰਡੇ ਕੋਈ ਨੀ, ਦਿਲਦਾਰ ਤਾਂ ਹੁੰਦੇ ਆ, ਪਰ ਇਹ ਤਾਂ ਗੱਲ ਮੇਰੇ ਨਾਲ ਹੋਲੀ ਯਾਰ। ਹਰ ਚੋ ਯਾਰ IPL ਵਾਲੇ ਮਾੜਾ ਮੋਟਾ ਪੁੱਛ ਲਿਆ ਕਰੋ ਯਾਰ ਪਿੰਡ, ਇਹ ਤਾਂ ਮੁੜ ਕੇ ਤੁਹਾਡੀਆਂ ਪਰਚੀਆਂ ਕੱਟਣ। ਇਹਨਾਂ ਨੇ ਮੁੜ ਕੇ IPL ਦੀ ਜਦੋਂ ਢਾਲ ਇਕੱਠੀ ਹੋਣ ਲੱਗ ਗਈ ਨਾ ਪਿੰਡਾਂ ਚੋਂ, ਦੇ ਕੇ 2100 ਰੋਹਿਤ ਸ਼ਰਮੇ ਵਰਗੇ ਨੂੰ ਤਾਂ ਸੀਟਾਂ ਹੀ ਨੀ ਥਾਇਆ ਕਰਨੀਆਂ ਵੀ ਬੈਠੀਏ ਕਿੱਥੇ। ਇਸ ਕਰਕੇ ਮੈਂ ਸੱਚੀ ਗੱਲ ਆ ਵੀ ਮੋਹਾਲੀ ਤਾਂ ਰੰਗਮੰਚੀ ਹੁੰਦਾ ਮੈਚ, ਫੈਨ ਫੂਨ ਤਾਂ ਬਹੁਤ ਘੱਟ ਜਾਂਦੇ ਨੇ। ਜਿਹੜਾ ਸਾਡੇ ਵਾਲਾ ਮੁਲਕ ਆ ਯਾਰ, ਇਹਨਾਂ ਅੱਧੇ ਨਾਲੋਂ ਵੱਧ ਹੁਣ ਗਗਨੇ ਦਾ ਕਰੈਕਟਰ ਨਾਲ ਕੋਈ ਲਾਗਾ ਦੇਗਾ ਨਹੀਂ। ਊਈ ਕਰੀਆ ਵੀ ਅੰਦਰ ਕਹਿੰਦਾ ਕੰਡ ਲਾਉਣਾ ਹੈ ਆਪਾਂ ਤਾਂ। IPL ਵਾਲੇ ਦੇਖੋ ਯਾਰ, ਧਿਆਨ ਦਿਓ ਯਾਰ, ਮੁੜ ਕੇ ਨਾ ਹੋਵੇ ਫਿਰ ਇੱਥੇ ਤੁਹਾਨੂੰ ਇੱਥੇ ਕੰਮ ਗਾਉਣ ਵਾਲੀ ਵੀ ਲਾਉਣੀ ਪਿਆ ਕਰੇ ਇਹਨਾਂ ਲਈ। ਠੋਈ ਯਾਰ ਫਿਰ ਓਏ ਹੋਰੀ ਯਾਰ, ਭੈਣਾ ਗਗਨੇ ਇਹੋ ਜਿਹਾ IPL ਦਾ ਲਹੂ ਪੀ